बिस्मिल्लाहिर्रहमानिर्रहीम, अस्सलाम वालेकुम काश्तकारों, तुसी देख रहे हो मेरा यूट्यूब चैनल और मैं मां मोहम्मद नजीफ लियाकत। अज इंशाल्लाह तआला गल्ला मंडी गोजरा विच जिन्नियां जिनसां आईयां वा उहदी ताज़ा तरीन अपडेट अपने व्यू नाल शेयर करांगे। सब तो पहले असीं गल करांगे गल्ला मंडी गोजरा विच जिहड़ी नवीं कणक आ उह किस रेट च सेल होई आ। अज जिहड़ी मिलां दा रेट आ, ਮਿੱਲਾਂ ਤਕਰੀਬਨ ਅੱਜ ਕਣਕ 2900 ਰੁਪਏ ਨੂੰ ਖਰੀਦ ਰਹੀਆਂ ਵਾ, ਜਿਹਦੀ ਵਜ੍ਹਾ ਤੋਂ ਕਾਫੀ ਲੋਕਾਂ ਨੇ ਮੰਡੀ ਦੀ ਤਰਫ ਰੁਝਾਨ ਕਰ ਲਿਆ ਵਾ। ਮੰਡੀ ਵਿੱਚ ਅੱਜ ਮਾਸ਼ਾਅੱਲਾ ਕਾਫੀ ਕਣਕ ਆਈ ਆ ਔਰ ਹਰ ਬੰਦਾ ਜਾਣਦਾ ਵਾ ਕਿ ਜਿਸ ਤਰ੍ਹਾਂ ਗੌਰਮੈਂਟ ਨੇ 3900 ਰੁਪਇਆ ਰੇਟ ਮੁਕਰਰ ਕੀਤਾ ਵਾ, ਲੇਕਿਨ ਸਾਡੀ ਜਿਹੜੀ ਗੌਰਮੈਂਟ ਆ 3900 ਰੁਪਏ ਨੂੰ ਨਹੀਂ ਖਰੀਦ ਰਹੀ ਔਰ ਜਿਸ ਤਰ੍ਹਾਂ ਸਾਡੇ ਕਾਸ਼ਤਕਾਰਾਂ ਨੂੰ ਬਾਰਦਾਨਾ ਮਿਲ ਰਿਹਾ ਵਾ, ਜਿਸ ਹਾਲ 'ਚ ਮਿਲ ਰਿਹਾ ਵਾ ਉਹ ਦੱਸਣ ਦੀ ਲੋੜ ਨਹੀਂ, ਉਹ ਸਾਡੇ ਵਿਚਾਰੇ ਕਿਸਾਨ ਅੱਛੀ ਤਰ੍ਹਾਂ ਜਾਣਦੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਬਾਹਰ ਦੀ ਮਾਰਕੀਟ ਆ, ਜਿਹੜੀ ਸਾਨੂੰ ਰਿਪੋਰਟ ਮਸੂਲ ਹੋਈ ਆ ਕਿ ਬਾਹਰ ਕਣਕ ਦੀ ਜਿਹੜੀ ਮਾਰਕੀਟ ਆ ਉਹ ਤਕਰੀਬਨ 2700 ਰੁਪਏ ਤੋਂ ਲੈ ਕੇ ਅਤੇ 3100-3200 ਰੁਪਏ ਤੱਕ ਆ ਔਰ ਸਾਡੀ ਜਿਹੜੀ ਗੱਲਾਂ ਮੰਡੀ ਗੋਜਰਾ ਦੀ ਮਾਰਕੀਟ ਆ ਉਹ ਤਕਰੀਬਨ 3400-3500 ਰੁਪਏ ਤੱਕ ਆ। ਵੈਸੇ ਸਾਡੀ ਜਿਹੜੀ ਮੰਡੀ ਦਾ ਰੇਟ ਆ ਉਹ ਤਕਰੀਬਨ ਅੱਜ ਸਹੀ ਰੇਟ ਆ 3000 ਰੁਪਏ ਤੋਂ ਲੈ ਕੇ ਅਤੇ 3350 ਰੁਪਏ ਤੱਕ ਆ ਅਤੇ ਅੱਜ ਜਿਹੜੀ ਸਾਡੇ ਕਣਕ ਸੇਲ ਹੋਈ ਆ ਗੱਲਾਂ ਮੰਡੀ ਗੋਜਰਾ ਵਿੱਚ ਉਹ ਤਕਰੀਬਨ 3400 ਰੁਪਏ ਤੋਂ ਲੈ ਕੇ ਅਤੇ 3450 ਰੁਪਏ ਤੱਕ ਸੇਲ ਹੋਈ ਆ, ਕਿਉਂਕਿ ਸਾਡਾ ਜ਼ਿਆਦਾਤਰ ਜਿਹੜੀ ਕਣਕ ਆ ਉਹ ਸ਼ਹਿਰੀ ਲੋਕ ਖਰੀਦ ਰਹੇ ਨੇ ਔਰ ਮੇਰਾ ਇੱਥੇ ਇੱਕ ਪੈਗਾਮ ਆ ਸ਼ਹਿਰੀ ਲੋਕਾਂ ਵਾਸਤੇ, ਉਹ ਜਦੋਂ ਮੰਡੀ ਦੇ ਵਿੱਚ ਕਣਕ ਖਰੀਦਣ ਆਉਣ ਔਰ ਪੂਰੀ ਮੰਡੀ ਦਾ ਪਹਿਲਾਂ ਵਿਜ਼ਿਟ ਕਰ ਲੈਣ, ਜਿਹੜੀ ਢੇਰੀ ਉਹਨਾਂ ਨੂੰ ਅੱਛੀ ਲੱਗੇ, ਸਾਫ਼ ਸੁਥਰੀ ਮੋਟੀ ਕਣਕ ਹੋਏ ਉਹ ਖਰੀਦਣ, ਕਿਉਂਕਿ ਉਹਨਾਂ ਨੇ 3500-3600 ਰੁਪਏ ਨੂੰ ਕਣਕ ਵੀ ਖਰੀਦ ਰਹੇ ਨੇ ਅਤੇ ਉਹਨਾਂ ਨੂੰ ਚਾਹੀਦਾ ਕਿ ਸਾਫ਼ ਸੁਥਰੀ ਕਣਕ ਖਰੀਦਣ। ਬਾਅਦ ਮੈਂ ਦੇਖਦਾ ਅਕਸਰ ਲੋਕ ਜਿਹੜੇ ਆ ਨਾ ਜਿਹੜੀ ਕਣਕ ਵਿੱਚ ਜੌਂ ਆ ਉਹ ਕਣਕ ਨਹੀਂ ਖਰੀਦਦੇ, ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਜਿਹੜੀ ਕਣਕ ਦੇ ਵਿੱਚ ਜੌਂ ਆ ਉਹ ਕਣਕ ਲਾਜ਼ਮੀ ਖਰੀਦਣ, ਕਿਉਂਕਿ ਜਿਸ ਕਣਕ ਦੇ ਵਿੱਚ ਜੌਂ ਹੁੰਦੇ ਆ ਉਹਦੀ ਜਿਹੜੀ ਰੋਟੀ ਆ ਮਾਸ਼ਾਅੱਲਾ ਬੜੀ ਅੱਛੀ ਅਤੇ ਜ਼ਬਰਦਸਤ ਬਣਦੀ ਆ। ਔਰ ਮੁਕਤਸਰ ਗੱਲ ਇਹ ਜਿਵੇਂ ਕਣਕ ਸਾਡੀ ਜਿਹੜੀ ਆ ਮਾਫੀਆ ਕੋ ਗਈ, ਇਹ ਸਾਡੀ ਕਣਕ ਜਿਹੜੀ ਆ ਇਹਦਾ ਰੇਟ ਜਿਹੜਾ ਨਾ ਬਿਹਤਰ ਹੋ ਜਾਣਾ ਵਾ ਅਤੇ ਨਾਲੋ ਨਾਲ ਅਸੀਂ ਤੁਹਾਨੂੰ ਦੂਸਰੀਆਂ ਜਿਨਸਾਂ ਦੇ ਰੇਟ ਵੀ ਦੱਸੀ ਜਾਂਦੇ ਹਾਂ। ਅਸੀਂ ਹੁਣ ਗੱਲ ਕਰਾਂਗੇ ਉਹਦਾ ਨਾਂ ਕੀ ਆ ਆਪਣਾ ਆਹ ਜਿਹੜੀ ਕਣਕ ਦੀ ਤੁਹਾਨੂੰ ਅਸੀਂ ਢੇਰੀ ਦਿਖਾ ਰਹੇ ਹਾਂ, ਇਹਦੇ ਵਿੱਚ ਤਾਂ ਘੁੰਡੀ ਵੀ ਬਹੁਤ ਜ਼ਿਆਦਾ ਵਾ, ਠੀਕ ਨਾ, ਮਿੱਟੀ ਔਰ ਪਾਲਕ ਵੀ ਬਹੁਤ ਜ਼ਿਆਦਾ ਵਾ, ਅੱਛੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਇਹ ਖਾਣ ਪੀਣ ਦੇ ਹੱਕ 'ਚ ਨਾ ਨਹੀਂ ਸਹੀ, ਦੇਖੋ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਆ ਨਾ ਘੁੰਡੀ ਆ ਅਤੇ ਪਾਲਕ ਆ, ਲੱਗਦਾ ਸਾਡੇ ਜਿਹੜਾ ਕਾਸ਼ਤਕਾਰ ਭਾਈ ਉਹਨਾਂ ਨੂੰ ਸਪਰੇਅ ਨਹੀਂ ਕੀਤੀ। ਅੱਜ ਮੰਡੀ ਦੇ ਵਿੱਚ 2-3 ਦਿਨ ਪਹਿਲਾਂ ਮੱਕੀ ਬਹੁਤ ਹੀ ਘੱਟ ਸੀ, ਅੱਜ ਮਾਸ਼ਾਅੱਲਾ ਮੰਡੀ ਦੇ ਵਿੱਚ ਮੱਕੀ ਵੀ ਕਾਫੀ ਆਈ ਆ। ਮੱਕੀ ਦਾ ਅੱਜ ਰੇਟ ਤਕਰੀਬਨ 1800 ਰੁਪਏ ਤੋਂ ਲੈ ਕੇ ਅਤੇ 2060 ਰੁਪਏ ਤੱਕ ਰਿਹਾ ਵਾ। ਮੱਕੀ ਦੀ ਅੱਜ ਜ਼ਿਆਦਾਤਰ ਮਾਰਕੀਟ ਆਪਣਾ 2050 ਰੁਪਏ ਤੱਕ ਰਹੀ ਆ। ਅਤੇ ਹੁਣ ਅਸੀਂ ਗੱਲ ਕਰਾਂਗੇ ਰਾਏ ਸਰੋਂ ਦੀ, ਰਾਏ ਸਰੋਂ ਦਾ ਰੇਟ ਤਕਰੀਬਨ 6200 ਰੁਪਏ ਤੋਂ ਲੈ ਕੇ ਅਤੇ 6400 ਰੁਪਏ ਤੱਕ ਆ। ਰਾਏ ਸਰੋਂ ਦੀ ਜ਼ਿਆਦਾਤਰ ਮਾਰਕੀਟ ਅੱਜ 6300 ਰੁਪਏ ਤੋਂ ਲੈ ਕੇ 6400 ਰੁਪਏ ਤੱਕ ਰਹੀ ਆ। ਹੁਣ ਅਸੀਂ ਗੱਲ ਕਰਾਂਗੇ ਹਾਈਬ੍ਰੈਡ ਕਨੋਲਾ, ਹਾਈਬ੍ਰੈਡ ਕਨੋਲਾ ਤਕਰੀਬਨ 6500 ਰੁਪਏ ਨੂੰ ਸੇਲ ਹੋਇਆ ਵਾ, ਜਿਹਨੂੰ ਅਸੀਂ ਗੋਭੀ ਸਰੋਂ ਵੀ ਕਹਿੰਦੇ ਹਾਂ।
ਕਿਉਂਕਿ ਉਹਦੇ ਗੋਭੀ ਸਰ੍ਹੋਂ ਵਰਗੇ ਪੱਤੇ ਹੁੰਦੇ ਆ, ਚੌੜੇ ਜ਼ਿਆਦਾ ਹੋਏ ਆ। ਉਹ 6500 ਰੁਪਏ ਨੂੰ ਸੇਲ ਹੋਇਆ। ਆਪਣਾ ਤਿਲੀ ਅੱਜ ਸੇਲ ਹੋਈ ਆ 16300 ਰੁਪਏ ਨੂੰ। ਬਾਜਰਾ ਸੇਲ ਹੋਇਆ 2600 ਰੁਪਏ ਤੋਂ ਲੈ ਕੇ 2700 ਰੁਪਏ ਤੱਕ ਸੇਲ ਹੋਇਆ ਵਾ। ਔਰ ਜਿਹੜੀ ਆਪਣਾ ਸਦਾਬਹਾਰ ਲਾਲ ਚਰੀ ਆ, ਸਦਾਬਹਾਰ ਲਾਲ ਚਰੀ 4800 ਰੁਪਏ ਤੋਂ ਲੈ ਕੇ 5100 ਰੁਪਏ ਤੱਕ ਸੇਲ ਹੋਈ ਆ। ਔਰ ਦੂਸਰੀ ਜਿਹੜੀ ਜਿਨਸ ਆਪਣਾ ਪੀਲੀ ਸਰ੍ਹੋਂ, ਉਹ ਅੱਜ 8000 ਰੁਪਏ ਨੂੰ ਸੇਲ ਹੋਈ।